ਹਰਪ੍ਰੀਤ ਸਿੰਘ ਸ਼ੋਹਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ ਤੁਹਾਡਾ ਮੇਰੇ ਸਾਥ ਹੁੰਦਾ ਹੈ ਮੰਡੇ ਟੂ ਫਰਡੇ ਸਵੇਰੇ 8 ਤੋਂ ਲੈ ਕੇ 9 ਵਜੇ ਤੱਕ ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ ਅਤੇ ਸੈਟਰਡੇ ਨੂੰ ਦੋ ਵਾਰੀ ਸਾਂਝ ਪਾਈ ਜਾਂਦੀ ਹੈ ਦੁਪਹਿਰ ਨੂੰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 9 ਤੋਂ ਲੈ ਕੇ 10 ਵਜੇ ਤੱਕ ਹਮੇਸ਼ਾ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਉਹ ਇਸ਼ੂਜ਼ ਲੈ ਕੇ ਆਈਏ ਜਿਹੜੇ ਕਿ ਰਿਲੇਵੈਂਟ ਹੋਣ ਸਾਡੀ ਜ਼ਿੰਦਗੀ ਨਾਲ ਅਤੇ ਰੋਜ਼ਮਰ ਰੋਜ਼ ਸਾਡੇ ਨਾਲ ਹੁੰਦਾ ਹੈ ਉਸ ਨੂੰ ਉਜਾਗਰ ਕਰੀਏ ਸਮਾਜ ਦੇ ਵਿੱਚ ਜੜੀਆਂ ਕੁਰਤੀਆਂ ਆ ਰਹੀਆਂ ਨੇ ਉਸ ਵਿੱਚ ਅਸੀਂ ਹੀ ਉਹਨਾਂ ਨੂੰ ਠੀਕ ਕਰਨਾ ਹੈ ਕਿਸੇ ਨੇ ਬਾਹਰੋਂ ਆ ਕੇ ਉਸ ਨੂੰ ਠੀਕ ਨਹੀਂ ਕਰਨਾ ਅਤੇ ਅੱਜ ਡੋਮੈਸਟਿਕ ਵਾਇਲੈਂਸ ਦਾ ਮੁੱਦਾ ਜਿਹੜਾ ਹੈ ਉਹ ਬਹੁਤ 파ਰੂ ਹੋ ਰਿਹਾ ਸਾਡੇ ਸਮਾਜ ਦੇ ਵਿੱਚ ਲੜਕੇ ਹੋਣ ਬਹੁਤ ਸਾਰੇ ਐਸੇ ਇਸ਼ੂਜ਼ ਆਂਦੇ ਨੇ ਜਿਨ੍ਹਾਂ ਨਾਲ ਕਿ ਮਿਸਮੈਚ ਹੋ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਇਹ ਸਿਚੁਏਸ਼ਨ ਕਾਫੀ ਖਰਾਬ ਹੋ ਜਾਂਦੀ ਹੈ। ਅਤੇ ਤੁਹਾਨੂੰ ਪਤਾ ਹੀ ਜਿਸ ਤਰ੍ਹਾਂ ਪਿਛਲੇ ਕੁਝ ਹਫ਼ਤਿਆਂ ਤੋਂ ਜਿਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ, ਪਵਨ ਕੌਰ ਆ ਕੇ ਆਪਣੀ ਦਾਸਤਾਨ ਤੁਹਾਨੂੰ ਦੱਸੀ ਇਹਨਾਂ ਨੇ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਅਬਿਊਜ਼ ਕੀਤਾ ਗਿਆ। ਪੇਰੈਂਟਸ ਵੱਲੋਂ ਇਹਨਾਂ ਨੇ ਕੁਝ ਦੱਸਿਆ ਨਹੀਂ ਅਤੇ ਪੇਰੈਂਟਸ ਵੀ ਜ਼ਿਆਦਾਤਰ ਇਹੀ ਚਾਹੁੰਦੇ ਸਨ ਕਿ ਐਡਜਸਟਮੈਂਟ ਹੋ ਜਾਏ ਤਾਂ ਕਿ ਇਹ ਗੱਲਬਾਤ ਬਾਹਰ ਨਾ ਨਿਕਲੇ। ਪਰ ਆਲਟੀਮੇਟਲੀ ਇਹਨਾਂ ਨੇ ਹੌਸਲਾ ਜੁਟਾਇਆ ਅਤੇ ਇਹਨਾਂ ਨੇ ਫੈਸਲਾ ਕੀਤਾ ਕਿ ਨਹੀਂ ਇਨਾਫ ਇਜ਼ ਇਨਾਫ ਹੁਣ ਮੈਨੂੰ ਕੋਈ ਨ ਆਓ ਇਸ ਵਿੱਚ ਮੁਰਤਾਂ ਤੁਹਾਨੂੰ ਸ਼ਾਮਿਲ ਕਰਦੇ ਆ ਪਵਨ ਕੌਰ ਦੀ ਜ਼ੁਬਾਨੀ ਕਿ ਇਹ ਜੋ ਕੁਝ ਹੋਇਆ ਇਸ ਵਿੱਚੋਂ ਕੀ ਸਾਨੂੰ ਸਿੱਖਣ ਦੀ ਲੋੜ ਹੈ ਤੇ ਕਿਉਂ ਨਹੀਂ ਅਸੀਂ ਸਾਰੇ ਰਲ ਮਿਲ ਕੇ ਕੁਝ ਨਾ ਕੁਝ ਐਸੇ ਉਪਰਾਲੇ ਕਰਦੇ ਜਿਸ ਨਾਲ ਕਿ ਇਸ ਮਸਲੇ ਨੂੰ ਠੱਲ ਪਾਈ ਜਾ ਸਕੇ ਜੈਨੂ ਜੀ ਵਾਂਸ ਅਗੇਨ ਵੈਲਕਮ ਟੂ ਦਾ ਪ੍ਰੋਗਰਾਮ ਥੈਂਕ ਯੂ ਫॉर हैविंग ਮੀ ਸੁਪਰਮੈਨ ਲਾਸਟ ਟਾਈਮ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਸੋਸ਼ਲ ਜਿਹੜਾ ਸੀ ਮੈਂਟਲ ਅਤੇ ਫਿਜ਼ੀਕਲ ਐਕਸਪਲੋਇਟੇਸ਼ਨ ਚੱਲਦੀ ਰਹੀ ਤੁਸੀਂ ਉਸ ਨੂੰ ਅਕਸੈਪਟ ਕਰਦੇ ਰਹੇ ਕਿਉਂਕਿ ਤੁਹਾਨੂੰ ਡਰ ਸੀ ਕਿ ਤੁਹਾਨੂੰ ਉਹ ਮਾਰ ਨਾ ਦੇ ਇਹ ਹੀ ਚੀਜ਼ ਕਿੰਨੀ ਦੇਰ ਤੱਕ ਤੁਸੀਂ ਅਕਸੈਪਟ ਕਰਦੇ ਤੇ ਕਿਹੜੀ ਚੀਜ਼ ਹੁਣ ਬਹੁਤ ਹੋ ਗਿਆ ਮੈਨੂੰ ਕੋਈ ਨਾ ਕੋਈ ਐਕਸ਼ਨ ਲੈਣਾ ਹੀ ਪਏਗਾ ਤੇ ਇਸ ਦੇ ਦੌਰਾਨ ਉਹਦੇ ਪੇਰੈਂਟਸ ਨਾਲ ਕੀ ਤੁਸੀਂ ਆਪਣਾ رابطہ ਰੱਖਿਆ ਆਪਣੇ ਪੇਰੈਂਟਸ ਨੂੰ ਤੁਸੀਂ ਦੱਸ ਨਹੀਂ ਰਹੀ ਸੀ ਪਰ ਕੀ ਲੜਕੇ ਦੇ ਪੇਰੈਂਟਸ ਨੂੰ ਤੁਸੀਂ ਦੱਸਦੇ ਸੀ ਕਿ ਮੈਨੂੰ ਕੋਟ ਮਾਰ ਰਿਹਾ ਹੈ ਮੇਰੇ ਨਾਲ ਅਬਿਊਜ਼ ਕਰ ਰਿਹਾ ਹੈ ਸਭ ਕੁਝ ਕਰ ਰਿਹਾ ਹੈ ਯਾ ਸੋ ਐਕਚੁਅਲੀ 2007 ਦੀ ਵਿੱਚ ਮੈਂ ਇੰਡੀਆ ਨੂੰ ਗਈ ਸੀ ਕੱਲੀ ਓਕੇ ਤੇ ਮੈਂ ਉਹਦੇ ਪੇਰੈਂਟਸ ਦੇ ਨਾਲ ਹੀ ਮੈਂ ਉਹਨਾਂ ਦੀ ਫੈਮਲੀ ਦੇ ਵਿੱਚ ਹੀ ਰਹੀ ਸੀ ਜਦੋਂ ਮੈਂ ਗਈ ਸੀ ਤੇ ਮੈਂ ਉਦੋਂ ਵੀ ਉਹਨਾਂ ਦੇ ਨਾਲ ਸਾਰਾ ਕੁਝ ਸ਼ੇਅਰ ਕੀਤਾ ਮੈਂ ਦੱਸਿਆ ਕਿ ਸ਼ੁਰੂ ਤੋਂ ਕਿੱਦਾਂ ਸਾਰਾ ਕੁਝ ਸ਼ੁਰੂ ਹੋਇਆ ਤੇ ਕਿਉਂ ਲਾਈਕ ਮੇਰੇ ਸਾਥੇ ਨਾਲ ਉਹ ਕਿਉਂ ਇਦਾਂ ਕਰਦਾ ਸੀਗਾ ਤੇ ਯੂ نو ਲਾਈਕ ਉਹ ਆਪਣੇ ਡੈਡ ਦੇ ਨਾਲ ਕਾਫੀ ক্লোਜ਼ ਸੀਗਾ ਸੋ ਮੈਂ ਉਹਦੇ ਡੈਡ ਦੇ ਨਾਲ ਹੀ ਮੋਸਟਲੀ ਸ਼ੇਅਰ ਕੀਤਾ ਕਿ ਤੁਸੀਂ ਮੇਬੀ ਉਹਨੂੰ ਸਮਝਾਓ ਇਹ ਉਹ ਇਦਾਂ ਕਰਦਾ ਆ ਉਹਦੇ ਪੇਰੈਂਟਸ ਮੇਰੇ ਸਾਥ ਜਿੱਦਾਂ ਇਦਾਂ ਮੈਨੂੰ ਦੱਸਦੇ ਸੀਗੇ ਮੇਰੇ ਸਾਥ ਆ ਕੋਈ ਨਹੀਂ ਤੂੰ ਸਾਡੇ ਲਈ ਬਹੁਤ ਕੋਸ਼ਿਸ਼ਾਂ ਤੂੰ ਸਾਡੇ ਮੁੰਡੇ ਦੀ ਹੈਲਪ ਕਰਦੀ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਮੈਨੂੰ ਕਨਵਿੰਸ ਕਰ ਲਿਆ ਕਿ ਉਹਨਾਂ ਨੇ ਚੇਂਜ ਕਰ ਦੇਣਾ ਹੈ ਰਾਈਟ ਉਹਨੂੰ ਪਰ ਬਾਰ ਬਾਰ ਇਹ ਚੀਜ਼ ਹੋ ਰਹੀ ਸੀ ਤੁਸੀਂ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਉੱਥੇ ਗਏ ਉਸ ਸਮੇਂ ਕੀ ਇਸਨੇ ਤੁਹਾਨੂੰ ਜਾਣ ਦਿੱਤਾ ਤੇ ਆਪ ਕਿਉਂ ਨਹੀਂ ਗਿਆ ਨਾਲ ਆਪ ਉਹ ਜਾ ਨਹੀਂ ਸਕਦਾ ਸੀ ਕਿਉਂਕਿ ਉਹ ਪਰਮਨੈਂਟ ਰੈਜ਼ੀਡੈਂਟ ਨਹੀਂ ਸੀਗਾ ਸੋ ਹੀ ਕੁਡਨਟ ਫਲਾਈ ਬੈਕ ਸੋ ਬਟ ਡਿਡ ਹੀ ਅਲਾਉ ਯੂ ਟੂ ਗੋ ਹੀ ਅਲਾਉਡ ਮੀ ਟੂ ਗੋ ਓਨਲੀ ਇਫ ਆਈ ਸਟੇਡ ਵਿਦ ਮਾਈ ਵਿਦ ਹਿਸ ਪੇਰੈਂਟਸ ਸੋ ਮੈਂ ਆਪਣੀ ਫੈਮਿਲੀ ਨੂੰ ਐਕਚੁਅਲੀ ਮੈਂ ਨਹੀਂ ਸਕਦੀ ਸੀ ਜਦੋਂ ਉੱਥੇ ਇੰਡੀਆ ਨੂੰ ਗਈ ਸੀਗੀ ਮੈਨੂੰ ਉੱਥੇ ਹੀ ਰਹਿਣਾ ਪਿਆ ओके। ਉਹ ਨਾ ਧਿਕਾਰ ਸੋ ਲਾਈਕ ਜਦੋਂ ਮੈਂ ਆਪਣੀ ਫੈਮਲੀ ਨੂੰ ਵਿਜ਼ਿਟ ਵੀ ਕਰਨ ਜਾਣਾ ਚਾਹੁੰਦੀ ਸੀ ਕਿ ਜਿੱਦਾਂ ਮੇਰੀ ਫੈਮਲੀ ਮੈਨੂੰ ਰੱਖਣਾ ਚਾਹੁੰਦੀ ਸੀ ਹਫਤਾਕ ਜੇ ਮੈਂ ਗਈ ਸੀਗੀ ਉਹ ਕਹਿੰਦੇ ਸੀਗੇ ਨਾਲ ਹੀ ਜਾਂਦੇ ਸੀਗੇ ਤੇ ਨਾਲ ਹੀ ਮੈਨੂੰ ਵਾਪਸ ਲੈ ਆਉਂਦੇ ਸੀਗੇ। ਸੋ ਉਹਦੇ ਪੇਰੈਂਟਸ ਦਾ ਕੀ ਰਿਐਕਸ਼ਨ ਸੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਹਿੰਦੇ ਸੀ ਨਹੀਂ ਤੂੰ ਉਹਨੂੰ ਸੰਭਾਲ ਰਹੀ ਆ ਆਪਣੀ ਉਹ ਗੱਲਾਂ ਤਾਂ ਪਰ ਜਿਹੜੀ ਕੁੱਟ ਮਾਰਦੀ ਕੀ ਉਸਨੂੰ ਕਹਿੰਦੇ ਸੀ ਉਸਨੂੰ ਜਾਇਜ਼ ਠਹਿਰਾਉਂਦੇ ਸੀ ਜਾਂ ਉਸ ਤੇ ਵੀ ਪਰਦਾ ਪਾ ਦਿੰਦੇ ਸੀ। ਨਹੀਂ ਉਹ ਉਹ ਐਕਚੁਅਲੀ ਕਹਿੰਦੇ ਸੀਗੇ ਉਹ ਤੇਰੇ ਤੇ ਹੱਥ ਚੱਕਿਆ ਫਿਰ ਉਹਨਾਂ ਨੇ ਫੋਨ ਕਰਕੇ ਉਹਨੂੰ ਯੂ نو ਡਾਂਟ ਦਿੰਦੇ ਸੀਗੇ ਓਕੇ ਸੋ ਇਦਾਂ ਦਿਖਾਉਂਦੇ ਸੀਗੇ ਕਿ ਆਪਾਂ ਤੇਰੇ ਨਾਲ ਆ ਹੂੰ ਹੂੰ ਸੋ ਮੈਨੂੰ ਇਦਾਂ ਫੀਲ ਹੁੰਦਾ ਸੀਗਾ ਕਿ ਉਹ ਮੇਰੇ ਨਾਲ ਆ ਓਕੇ ਸੋ ਦੈਟਸ ਵਾਈ ਈਜ਼ੀ ਸੀਗਾ ਮੇਰੇ ਲਈ ਕਿ ਮੈਂ ਉਹਨਾਂ ਨੂੰ ਫੋਨ ਕਰ ਦਿੰਦੀ ਸੀ ਫਿਰ ਉਹਨੂੰ ਡਾਂਟ ਦਿੰਦੇ ਸੀਗੇ ਰਾਈਟ ਇਹ ਓਨਲੀ ਜਿੰਨਾ ਚਿਰ ਉਹ ਪਰਮਨੈਂਟ ਰੈਜ਼ਿਡੈਂਟ ਨਹੀਂ ਬਣਿਆ ਉਹਨਾਂ ਚਿਰ ਹੀ ਉਹਨਾਂ ਨੇ ਮੇਰੇ ਸਾਥ ਦਿੱਤੀ ਓਕੇ ਸੋ ਪਰਮਨੈਂਟ ਰੈਜ਼ਿਡੈਂਸੀ ਜਿਹੜੀ ਤੁਸੀਂ ਗੱਲ ਕੀਤੀ ਉਹ ਕਿੰਨੇ ਸਾਲਾਂ ਬਾਅਦ ਬਣ ਗਿਆ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਤੇ ਤੁਸੀਂ ਕਦੋਂ ਇਹ ਸੋਚਿਆ ਕਿ ਨਹੀਂ ਹੁਣ ਮੈਂ ਇਨਾਫ ਹੋ ਗਿਆ ਮੈਨੂੰ ਤੇ ਯੂਜ਼ ਹੀ ਕਰ ਰਿਹਾ ਐ ਆਲਟੀਮੇਟਲੀ ਮੈਨੂੰ ਹੁਣ ਕੋਈ ਫੈਸਲਾ ਕਰ ਲੈਣਾ ਚਾਹੀਦਾ ਯਾ ਸੋ ਸਾਡਾ ਵੈਡਿੰਗ 2 ਸਾਲ ਹੋ ਗਈ ਸੀ ਕਿ ਹੁਣ 2007 ਦੇ ਵਿੱਚ ਉਹਨੂੰ ਪਰਮਨੈਂਟ ਰੈਜ਼ਿਡੈਂਸੀ ਫਾਈਨਲੀ ਮਿਲ ਗਈ ਸੀ ਉਹ ਵੀ ਮੈਨੂੰ ਨੇ ਦੱਸਿਆ ਨਹੀਂ ਕਿ ਮੇਰੀ ਪਰਮਨੈਂਟ ਰੈਜ਼ਿਡੈਂਸੀ ਮਿਲ ਗਈ ਆ ਓਕੇ ਉਹਨੇ ਆਪ ਹੀ ਸਾਰਾ ਕੁਝ ਮੈਨੂੰ ਪਤਾ ਨਹੀਂ ਸੀਗਾ ਤੇ ਆ ਨਾ ਜਿਨ੍ਹਾਂ ਨੇ ਯੂ نو ਸਾਡੀ ਵੈਡਿੰਗ ਕੀਤੀ ਸੀਗੀ ਸਾਡੇ ਵਿਚੋਲੇ ਸੀ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਸੋ ਬੇਸਿਕਲੀ ਸਾਰੀ ਸੀਕਰਸੀ ਉਹਨੇ ਆਪਣੇ ਆਪ ਚ ਰੱਖੀ ਸੋ ਦੈਨ ਉਹਨੇ ਮੈਨੂੰ ਕਿਹਾ ਕਿ ਮੇਰਾ ਗ੍ਰੈਂਡਫਾਦਰ ਸਿਕ ਗਿਆ ਤੇ ਮੈਨੂੰ ਯੂ نو ਇੰਡੀਆ ਜਾਣਾ ਪੈਣਾ ਹੈ ਓਕੇ ਦੈਨ ਫਿਰ ਮੈਂ ਉਹਦੀ ਟਿਕਟਸ ਆਬਵੀਅਸਲੀ ਬਾਏ ਕੀਤੀ ਐ ਵੈਰੀ ਮੈਂ ਐਮਪੈਥੀ ਫੀਲ ਕੀਤੀ ਵੀ ਆਮ ਸੌਰੀ ਵੀ ਤੇਰਾ ਗ੍ਰੈਂਡ father the mm -hmm. old age yeah, then you should go visit him right. on oh, no permanent residency melgi si oh ne mainu das ditta si ga os time te ki mainu melgi aa so obviously you know main, i was hard working i'm always working te mainu time hi -hmm. nahi si ga ki follow up karne vi ho ki karda hai jadon main nahi kar hundiyan ji so anyways oh uh, ne hun india nu jana si ga te india jaake jadon chal gaya si ga so i bought his ticket bought his family all the gifts jo pehli wari challa si apne mummy wali nu main ਚਲ ਗਿਆ ਸੀ ਇੰਡੀਆ ਨੂੰ ਇੰਡੀਆ ਜਾ ਕੇ ਉਹਨੇ ਬਹੁਤ ਕੁਝ ਸਟਾਰਟ ਕੀਤਾ ਆਪਣੇ ਪੇਰੈਂਟਸ ਨੂੰ ਮੇਰੇ ਬਾਰੇ ਲਾਈਜ਼ ਦੱਸਦੇ ਕੇ ਮੈਂ ਸਾਰੀ ਰਾਤ ਬਾਹਰ ਰਹਿੰਦੀ ਆ ਕਿ ਮੈਂ ਸਾਰੀ ਰਾਤ ਸ਼ਰਾਬ ਪੀ ਕੇ ਕਨੂ ਡਰੰਕ ਹੋ ਕੇ ਆਉਣੀ ਆ ਇਹ ਮੇਰੀ ਪਰਸਨੈਲਿਟੀ ਬਿਲਕੁਲ ਨਹੀਂ ਹੈਗੀ ਸੀ ਤੇ ਮੇਰੇ ਜਿਹੜੇ ਜਨਾਂ ਦੇ ਥੱਲੇ ਅਸੀਂ ਰਹਿੰਦੇ ਸੀਗੇ ਸਾਡੇ ਲਾਨਦੋਰ ਉਹਨਾਂ ਦੇ ਉਹਨਾਂ ਦੇ ਨਾਲ ਮੈਂ 올 ਦਿ ਟਾਈਮ ਹੀ ਰਹਿੰਦੀ ਸੀ ਕਿਉਂਕਿ ਮੇਰੇ ਕੋਈ ਹੋਰ ਹੈ ਨਹੀਂ ਸੀਗਾ ਜਿਨਾਂ ਦੇ ਨਾਲ ਮੈਂ ਗੱਲ ਕਰ ਸਕਦੀ ਸੀ ਸੋ ਉਹ ਇੰਡੀਆ ਜਦੋਂ ਗਿਆ ਉਦੋਂ ਮੈਨੂੰ ਜਦੋਂ ਉਹਨੇ ਸਾਰਾ ਸਪਾਰਕ ਅਪ ਕੀਤਾ ਉਸ ਟਾਈਮ ਦੇ ਵਿੱਚ ਮੈਂ ਕਿਹਾ ਦੱਸ ਇਨਾਫ ਔਰ ਉਸ ਟਾਈਮ ਦੇ ਵਿੱਚ ਮੈਂ ਆਪਣੀ ਫੈਮਲੀ ਨੂੰ ਸਾਰਿਆਂ ਨੂੰ ਦੱਸਿਆ ਮੈਨੂੰ ਫੋਨ ਕੀਤਾ ਮੈਂ ਕਿਹਾ ਸੀਗਾ ਮਮ ਡੈਡ ਤੁਸੀਂ ਇੱਥੇ ਆਵੋ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਤੇ ਐਸ ਸੂਨ ਐਸ ਪੋਸਿਬਲ ਤੁਸੀਂ ਆ ਸਕਦੇ ਆ ਮਤਲਬ ਵੀ ਤੁਸੀਂ ਹੁਣੇ ਲੀਵ ਕਰੋ ਓਕੇ ਨਾਗਨ ਤੇ ਹੁਣੇ ਇੱਥੇ ਆਵੋ ਓਕੇ ਤੇ ਉਹਨਾਂ ਨੂੰ ਐਸ ਓ ਸੀ ਵੇਲੇ ਪਤਾ ਲੱਗਿਆ ਕਿ ਸਮਥਿੰਗ ਇਜ਼ ਵੈਰੀ ਰੋਂਗ ਕਿ ਸਾਡੀ ਕੁੜੀ ਸਾਨੂੰ ਇਦਾਂ ਕਦੀ ਕਹਿੰਦੀ ਨਹੀਂ ਹੈਗੀ ਉਸ ਨਾਲ ਹੀ ਜਿੱਥੇ ਘਰ ਵਿੱਚ ਤੁਸੀਂ ਰਹਿ ਰਹੇ ਸੀ ਕਿਉਂਕਿ ਇਹ ਚੀਜ਼ਾਂ 2 ਸਾਲਾਂ ਤੋਂ ਚੱਲ ਰਹੀਆਂ ਸੀ ਤੇ ਕੀ ਤੁਹਾਡੇ ਲੈਂਡਲਾਰਡਸ ਨੂੰ ਪਤਾ ਸੀ ਇਹ ਸਾਰੇ ਚੀਜ਼ਾਂ ਸੋ ਮੇਰੇ ਅਸੀਂ ਕਿੰਨੀ ਵਾਰੀ ਮੂਵ ਹੋਏ ਸੀਗੇ ਕਿਉਂਕਿ ਸਾਡੇ ਲੈਂਡਲਾਰਡਸ ਨੇ ਸਾਨੂੰ ਕਿੱਕ ਆਊਟ ਕਿੰਨੀ ਵਾਰੀ ਕੀਤਾ ਕਿ ਉਹ ਸੋ ਅਸੀਂ ਤਾਂ 4 ਵਾਰੀ ਆਲਰੇਡੀ ਮੂਵ ਹੋਵਟੇ ਸੀਗੇ 2 ਸਾਲਾਂ ਦੇ ਵਿੱਚ ਕਾਰਨ ਕਾਰਨ ਵੀ ਅਸੀਂ ਲੜਦੇ ਟੂ ਮਾਚ ਸੀਗੇ ਓਕੇ ਓਕੇ ਅਬਿਊਸ ਜਾਰੀ ਸੀਗੀ ਉਹ ਬਹੁਤ ਜਦੋਂ ਐਂਗਰੀ ਹੋ ਜਾਂਦਾ ਸੀਗਾ ਆਈ ਮੀਨ ਬਹੁਤ ਲਾਊਡ ਹੋ ਜਾਂਦਾ ਸੀਗਾ ਕੰਦਾ ਤੋਣ ਲਾ ਪਿੰਦਾ ਸੀਗਾ ਪੰਚਸ ਯੂ نو ਐਨੀਥਿੰਗ ਐਂਡ ਏਵਰੀਥਿੰਗ ਰਾਈਟ ਸੋ ਉਸ ਤੋਂ ਬਾਅਦ ਜਦੋਂ ਤੁਹਾਡੇ ਪੇਰੈਂਟਸ ਆਏ ਤੁਸੀਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਤਾਂ ਕੀ ਉਹਨਾਂ ਨੇ ਇਹ ਚੀਜ਼ ਨੂੰ ਮੰਨ ਲਿਆ ਤੁਹਾਡੇ ਕਹਿਨ ਦਿੱਤੇ ਕਿ 2 ਸਾਲ ਤੂੰ ਚੁਪਰੀ ਤੇ ਹੁਣ ਇਹ ਸਾਰਾ ਕੁਝ ਦੱਸ ਰਹੀ ਹੈ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਅਸੀਂ ਕੁਝ ਨਾ ਕੁਝ ਐਕਸ਼ਨ ਲੈਂਦੇ ਬਿਕਾਜ਼ ਮੈਨੂੰ ਪਤਾ ਸੀਗਾ ਕਿ ਇਹ ਸਾਰਾ ਕੁਝ ਹੋਣਾ ਹੈ ਮੈਂ ਜਿਹੜੇ ਸਾਡਾ ਮੇਰੇ ਲਾਂਡਲੋਰਡ ਸੀ ਮੈਂ ਉਹਨਾਂ ਨੂੰ ਵੀ ਬੁਲਾਇਆ ਮੈਂ ਜਿਨ੍ਹਾਂ ਨੇ ਸਾਡਾ ਵਿਚੂਅਲ ਜਿਹੜੀ ਸਾਡੀ ਵਿਚੂਅਲ ਸੀ ਮੈਂ ਉਹਨਾਂ ਨੂੰ ਵੀ ਸੱਦਿਆ ਮੈਂ ਸਾਰਿਆਂ ਨੂੰ ਕਿਉਂਕਿ ਉਹਨਾਂ ਨੇ ਦੇਖਿਆ ਸੀਗਾ ਮੇਰਾ ਹਾਲ ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਸੀਗਾ ਵੀ ਤੁਸੀਂ ਪਲੀਜ਼ ਮੇਰੇ ਮੰਮੀ ਡੈਡੀ ਨੂੰ ਨਾ ਕੁਝ ਦੱਸਿਓ ਮੈਂ ਸਾਰਾ ਕੁਝ ਆਪ ਹੀ ਹੈਂਡਲ ਕਰ ਲੈਣਾ ਆ ਬਿਕਾਜ਼ ਉਹਨਾਂ ਨੂੰ ਪਤਾ ਸੀਗਾ ਕੀ ਹੋ ਰਿਹਾ ਆ ਬਿਕਾਜ਼ ਮੇਰੇ ਲੈਂਡਲੋਰਡਸ ਨੂੰ ਪਤਾ ਸੀਗਾ ਕੀ ਹੋਇਆ ਆ ਜਦੋਂ ਮੈਂ ਸਾਰਿਆਂ ਨੂੰ ਬਿਠਾ ਕੇ ਗੱਲ ਕੀਤੀ ਜੀ ਫਿਰ ਮੇਰੇ ਪੇਰੈਂਟਸ ਨੇ ਆਬਵੀਅਸਲੀ ਮੇਰੀ ਬਲੀਵ ਕਰਨੀ ਸੀਗੀ ਸੋ ਕੀ ਰਿਐਕਸ਼ਨ ਕੀਤੀ ਸੀ ਰਿਐਕਸ਼ਨ ਮੰਮੀ ਤੇ ਮੇਰੇ ਡੈਡ ਦਾ ਬਹੁਤ ਸ਼ੌਕਟ ਸੀਗੇ ਮੇਰੀ ਮਮ ਆਬਵੀਅਸਲੀ ਯੂ ਨੋ ਬਹੁਤ ਰੋਈ ਬਹੁਤ ਗਿਲਟੀ ਫੀਲ ਕੀਤਾ ਕਿ ਅਸੀਂ ਕਿਉਂ ਤੈਨੂੰ ਤੂੰ ਸਾਡੇ ਨਾਲ ਕਿਉਂ ਨਹੀਂ ਸ਼ੇਅਰ ਕੀਤੀ ਫਿਰ ਮੈਂ ਉਹਨਾਂ ਨਾਲ ਸ਼ੇਅਰ ਕੀਤੀ ਵੀ ਮੈਂ ਯੂ ਨੋ ਸਾਡੀ ਪਰਿਵਰਸ਼ੀ ਇਦਾਂ ਸੀ ਕਿ ਅਸੀਂ ਨਹੀਂ ਦੱਸਣਾ ਸੀ ਕਿਸੇ ਨੂੰ ਯੂ ਨੋ ਤੁਸੀਂ ਸਾਨੂੰ ਕਿਹਾ ਸੀ ਆਪਣਾ ਕਾਰ ਦੀ ਹੈਂਡਲ ਆਪੇ ਕਰਨੀ ਆ ਸੋ ਮੈਂ ਤੁਹਾਨੂੰ ਨਹੀਂ ਦੱਸਿਆ ਪਰ ਉਹਨਾਂ ਨੇ ਉਸ ਟਾਈਮ ਦੇ ਵਿੱਚ ਉਹਨਾਂ ਨੇ ਕਿਹਾ ਸੀ ਤੈਨੂੰ ਦੱਸਣਾ ਚਾਹੀਦਾ ਸੀਗਾ ਕਿ ਅਸੀਂ ਉਸ ਟਾਈਮ ਤੇ ਤੇਰੀ ਹੈਲਪ ਕਰਦੇ ਤੂੰ ਇੰਨਾ ਸਫਰ ਕੀਤਾ ਕਿ ਸਾਨੂੰ ਪਹਿਲਾਂ ਦੱਸ ਦਿੰਦੀ ਓਕੇ ਹੁਣ ਇਹਦੇ ਜਿਹੜੀ ਤੁਸੀਂ ਗੱਲ ਕੀਤੀ ਕਿ ਕਾਮ ਕਲਚਰ ਹੈਗੇ تھے ਕਿ ਬੱਚੇ ਜਿਹੜੇ ਨੇ ਉਹ ਡਰਿੰਕਸ ਵਗੈਰਾ ਕਰਦੇ ਹੈਗੇ ਨੇ ਤੁਹਾਡੇ ਘਰ ਦਾ ਕਿਹੋ ਜਿਹਾ ਮਾਹੌਲ ਸੀ ਕਿਉਂਕਿ ਜੋ ਤੁਸੀਂ ਦੱਸਿਆ ਸੀ ਕਿ ਪਰਿਵਾਰ ਦੇ ਵਿੱਚ ਧਾਰਮਿਕ ਇੱਕ ਮਾਹੌਲ ਸੀ ਤੁਸੀਂ ਅੰਮ੍ਰਿਤਧਾਰੀ ਸੀ ਪੇਰੈਂਟਸ ਤੁਹਾਡੇ ਤੇ ਉਸ ਸਮੇਂ ਜਿਹੜੀ ਇਹ ਗੱਲ ਉਹਨੇ ਅਲੀਗੇਸ਼ਨ ਲਾਈ ਤਾਂ ਕੀ ਤੁਸੀਂ ਇਸ ਨੂੰ ਇਸ ਨੂੰ ਕਾਊਂਟਰ ਵਗੈਰਾ ਜਾਂ ਉਹਦੇ ਪੇਰੈਂਟਸ ਨੂੰ ਨਹੀਂ ਤੁਸੀਂ ਕਹਿ ਸਕੀ ਕਿ ਬਈ ਨਹੀਂ ਅਸੀਂ ਤਾਂ ਅੰਮ੍ਰਿਤਧਾਰੀ ਸਾਡੇ ਘਰ ਵਿੱਚ ਤੇ ਸ਼ਰਾਬ ਵੀ ਨਹੀਂ ਆਉਂਦੀ ਤੇ ਤੁਸੀਂ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਕਹਿੰਦੇ ਹੋ ਹਾਂਜੀ ਜਿਹੜੇ ਸਾਡੇ ਲੈਂਡਲੋਰਡ ਸੀਗੇ ਕਿਉਂਕਿ ਉਹਨੇ ਇਹ ਕਿਹਾ ਸੀਗਾ ਕਿ ਮੈਂ ਸਾਰੀ ਰਾਤ ਪਾਰ ਰਹਿੰਦੀ ਹਾਂ ਮੈਂ ਕਾਰ ਕੰਮ ਤੋਂ ਕਾਰ ਲੇਟ ਆਉਂਦੀ ਹਾਂ ਲਾਈਕ 9 ਟੂ 5 ਜੌਬ ਕਰਦੀ ਸੀਗੀ ਸੋ ਮੇਰੇ ਲੈਂਡਲੋਰਡ ਜਦੋਂ ਮੈਂ ਘਰ ਆਉਂਦੀ ਹੁੰਦੀ ਸੀ ਕਿ ਮੇਰੇ ਲੈਂਡਲੋਰਡਸ ਦੇ ਕੋਲ ਹੀ ਮੈਂ ਜਾਂਦੀ ਹੁੰਦੀ ਸੀ ਕਿਉਂਕਿ ਮੇਰੀ ਰਿਲੇਸ਼ਨਸ਼ਿਪ ਉਹਨਾਂ ਦੇ ਨਾਲ ਬਹੁਤ ਵਧੀਆ ਸੀ ਮੈਂ ਉਹਨਾਂ ਦੇ ਨਿਆਣਿਆਂ ਨੂੰ ਹੈਲਪ ਕਰਦੀ ਸੀ ਪੰਜਾਬੀ ਪੜਾਉਣ ਨੂੰ ਯੂ نو ਲਾਈਕ ਮੈਂ ਕਾਫੀ ਉਹਨਾਂ ਦੀ ਹੈਲਪ ਕਰਦੀ ਹੁੰਦੀ ਸੀ ਮੇਰੀ ਹੈਲਪ ਕਰਦੇ ਹੁੰਦੇ ਸੀ ਸੋ ਸਾਡੀ ਇਦਾਂ ਬਣੀ ਸੀਗੀ ਨਾਲੇ ਉਹ ਯੰਗ ਕਪਲ ਸੀਗੇ ਉਹਨਾਂ ਦੇ ਨਿਆਣੇ ਯੰਗ ਸੀਗੇ ਸੋ ਉਹਨਾਂ ਨੇ ਕਿਹਾ ਨਹੀਂ ਇਹ ਇਦਾਂ ਦੀ ਨਹੀਂ ਹੈਗੀ ਇਹ ਤਾਂ ਸਾਡੇ ਨਿਆਣਿਆਂ ਨੂੰ ਪੜਾਉਂਦੀ ਹੈ ਤਾਂ ਇਦਾਂ ਯੂ نو ਲਾਈਕ ਉਹਨਾਂ ਨੇ ਸਾਰਾ ਕੁਝ ਦੇਖਿਆ ਤੇ ਮੇਰੀ ਹੈਲਪ ਇਸ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਰਾਈਟ ਪਰ ਇਸ ਸਮੇਂ ਵੀ ਕੀ ਇਸ ਦਾ ਤੁਹਾਡੇ ਸਾਥ ਦਿੱਤਾ ਕਿ ਨਹੀਂ ਇਹਦੇ ਬਾਰੇ ਹੋਰ ਜਾਣਕਾਰੀ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਲੈ ਰਹੇ ਹਾਂ ਜੀ ਵਾਪਸ ਆਵਾਂਗੇ ਪਵਨ ਕਾਰਨ ਗੱਲਬਾਤ ਜਲਦੀ ਰਹੇਗੀ